ਰਾਤ ਨੂੰ 12:30 ਇੱਕ ਵਜੇ ਪੁਲਿਸ ਆਈ ਧੱਕੇ ਨਾਲ ਮੋਰਚਾ ਚੁਕਾਉਣ ਲੱਗੀ ਸੀਗੀ ਤੇ ਵੀਰ ਨੇ ਫੋਨ ਲਾਇਆ ਕਿ ਬਾਈ ਯਾਰ ਸਾਰੇ ਭਰਾਵਾਂ ਨੂੰ ਤੂੰ ਮੈਸੇਜ ਲਾ ਲਾਈਵ ਕਰ ਚਾਹੇ ਫੋਨ ਲਾ ਕਿ ਵੱਡੀ ਗਿਣਤੀ ਜਿੱਥੇ ਭਰਾ ਪਹੁੰਚਣ ਨਹੀਂ ਰਾਤ ਨੂੰ ਪੁਲਿਸ ਨੇ ਮੋਰਚਾ ਚੁਕਾ ਦੇਣਾ ਆ ਚਲੋ ਜਿੰਨੇ ਭਰਾਵਾਂ ਨੂੰ ਫੋਨ ਲੱਗੇ ਕਾਲ ਲੱਗੀ ਸੁਨੇਹਾ ਦਿੱਤਾ ਗਿਆ ਅਤੇ ਉਹ ਮੋਰਚਾ ਬਚਾਇਆ ਗਿਆ ਬਹੁਤ ਲੰਮਾ ਟਾਈਮ ਵੀਰ ਮੋਰਚੇ 'ਤੇ ਹੀ ਪੈਂਦਾ ਰਿਹਾ ਇੰਨੀਆਂ ਵੱਡੀਆਂ ਜ਼ਿੰਮੇਵਾਰੀਆਂ ਆਪਣੇ ਸਿਰ 'ਤੇ ਚੱਕੀਆਂ ਪਰ ਪਤਾ ਨਹੀਂ ਕੌਣ ਬੰਦੇ ਸੀ ਯਾਰ ਕੀ ਵੈਰ ਸੀਗਾ ਅਤੇ ਕਿਹੜੀ ਗੱਲ ਤੋਂ ਬੰਦੇ ਦੀ ਜਾਨ ਲੈ ਲਈ ਕਿਉਂਕਿ ਜਿਹੜੇ ਬੰਦੇ ਸਾਡੇ ਕੌਮ ਵਾਸਤੇ ਲੜਦੇ ਜੁਝਾਰੂ ਆ ਯਾਰ ਜੇ ਕੋਈ ਸਾਡੇ ਨਿੱਕੇ ਮੋਟੇ ਮਤਭੇਦ ਹੈਗੇ ਵੀ ਆ ਵਿੱਚ ਦੀ ਕਿਉਂਕਿ ਹੁਣ ਕੋਈ ਪਾਕਿਸਤਾਨ 'ਚ ਤਾਂ ਆਇਆ ਨਹੀਂ ਹੋਣਾ ਵੀਰੋ ਕੋਈ ਹੋਣਾ ਤਾਂ ਆਪਣੇ ਵਿੱਚੋਂ ਹੀ ਆ ਗੁਰਪ੍ਰੀਤ ਸਿੰਘ ਹਰੀ ਨੌਂ ਵੀਰ ਦੀ ਮੌਤ ਦੀ ਖਬਰ ਨੇ ਦਿਲ ਨੂੰ ਬਹੁਤ ਝੰਜੋੜਾ ਦਿੱਤਾ ਬਹੁਤ ਦੁੱਖ ਲੱਗਿਆ ਬਾਈ ਦੀਪ ਸਿੱਧੂ ਜਦੋਂ ਤੋਂ ਕਿਸਾਨੀ ਸੰਘਰਸ਼ ਵਿੱਚ ਕੁੱਦਿਆ ਸੀਗਾ ਅਤੇ ਇਹ ਵੀਰ ਵੀ ਉਦੋਂ ਵਿਦੇਸ਼ ਦੇ ਵਿੱਚੋਂ ਆਇਆ ਬਹੁਤ ਵਾਰੀ ਗੱਲਬਾਤ ਹੁੰਦੀ ਸੀ ਵੀਰ ਦੇ ਨਾਲ ਪੰਜਾਬ ਵਾਸਤੇ ਕੌਮ ਵਾਸਤੇ ਬਹੁਤ ਵੱਡਾ ਜਜ਼ਬਾ ਸੀਗਾ ਮੈਨੂੰ ਯਾਦ ਆ ਜਦੋਂ ਇੱਥੇ ਸੁਖਰਾਜ ਨੇ ਮੋਰਚਾ ਲਾਇਆ ਆ ਬਹਿਬਲ ਦੇ ਵਿੱਚ ਰਾਤ ਨੂੰ 12:30 ਇੱਕ ਵਜੇ ਪੁਲਿਸ ਆਈ ਧੱਕੇ ਨਾਲ ਮੋਰਚਾ ਚੁਕਾਉਣ ਲੱਗੀ ਸੀਗੀ ਅਤੇ ਵੀਰ ਨੇ ਫੋਨ ਲਾਇਆ ਕਿ ਬਾਈ ਯਾਰ ਸਾਰੇ ਭਰਾਵਾਂ ਨੂੰ ਤੂੰ ਮੈਸੇਜ ਲਾ ਲਾਈਵ ਕਰ ਚਾਹੇ ਫੋਨ ਲਾ ਕਿ ਵੱਡੀ ਗਿਣਤੀ ਜਿੱਥੇ ਭਰਾ ਪਹੁੰਚਣ ਨਹੀਂ ਰਾਤ ਨੂੰ ਪੁਲਿਸ ਨੇ ਮੋਰਚਾ ਚੁਕਾ ਦੇਣਾ ਆ ਚਲੋ ਜਿੰਨੇ ਭਰਾਵਾਂ ਨੂੰ ਫੋਨ ਲੱਗੇ ਕਾਲ ਲੱਗੀ ਸੁਨੇਹਾ ਦਿੱਤਾ ਗਿਆ ਅਤੇ ਉਹ ਮੋਰਚਾ ਬਚਾਇਆ ਗਿਆ ਬਹੁਤ ਲੰਮਾ ਟਾਈਮ ਵੀਰ ਮੋਰਚੇ 'ਤੇ ਹੀ ਪੈਂਦਾ ਰਿਹਾ ਇੰਨੀਆਂ ਵੱਡੀਆਂ ਜ਼ਿੰਮੇਵਾਰੀਆਂ ਆਪਣੇ ਸਿਰ 'ਤੇ ਚੱਕੀਆਂ ਪਰ ਪਤਾ ਨਹੀਂ ਕੌਣ ਬੰਦੇ ਸੀ ਯਾਰ ਕੀ ਵੈਰ ਸੀਗਾ ਅਤੇ ਕਿਹੜੀ ਗੱਲ ਤੋਂ ਬੰਦੇ ਦੀ ਜਾਨ ਲੈ ਲਈ ਕਿਉਂਕਿ ਜਿਹੜੇ ਬੰਦੇ ਸਾਡੇ ਕੌਮ ਵਾਸਤੇ ਲੜਦੇ ਜੁਝਾਰੂ ਆ ਯਾਰ ਜੇ ਕੋਈ ਸਾਡੇ ਨਿੱਕੇ ਮੋਟੇ ਮਤਭੇਦ ਹੈਗੇ ਵੀ ਆ ਵਿੱਚ ਦੀ ਕਿਉਂਕਿ ਹੁਣ ਕੋਈ ਪਾਕਿਸਤਾਨ 'ਚ ਤਾਂ ਆਇਆ ਨਹੀਂ ਹੋਣਾ ਵੀਰੋ ਕੋਈ ਹੋਣਾ ਤਾਂ ਆਪਣੇ ਵਿੱਚੋਂ ਹੀ ਆ ਅਤੇ ਆਪਣੇ ਹੀ ਆਪਣੇ ਨੂੰ ਆਪਾਂ ਕਿੰਨਾ ਕੁ ਟਾਈਮ ਮਾਰਦੇ ਰਹਾਂਗੇ ਬਹੁਤ ਲੰਮੇ ਸਾਲ ਹੋ ਗਏ ਆ ਵੀ ਆ ਇਸ ਸੰਘਰਸ਼ ਦੇ ਵਿੱਚ ਆਪਣੇ ਯੋਧੇ ਇੱਕ ਦੂਜੇ ਨੂੰ ਟਕਰਾਉਂਦੇ ਆਉਂਦੇ ਆ ਬਹੁਤ ਕੁਝ ਕਿਤਾਬਾਂ ਛਾਪੀਆਂ ਕੀ ਕੁਝ ਹੋਇਆ ਵੇਖੋ ਯਾਰੋ ਹੈ ਵੀ ਫਲਾਨਾ ਗਦਾਰ ਸੀ ਫਲਾਣੇ ਫਲਾਣੇ ਨੂੰ ਮਾਰਿਆ ਤਾਂ ਉਹ ਹਜੇ ਵੀ ਭਾਵੇਂ ਉਹ ਪੁਲਿਸ ਵਾਲੇ ਬਣ ਕੇ ਮਾਰਦੇ ਆ ਗੈਂਗਸਟਰ ਕਹਿ ਕੇ ਮਾਰਦੇ ਆ ਵੀਰੋ ਨਸ਼ੇੜੀ ਕਹਿ ਕੇ ਮਾਰਦੇ ਆਪਾਂ ਨੂੰ ਕੋਈ ਜੁਝਾਰੂ ਯੋਧੇ ਕਹਿ ਕੇ ਮਾਰਦੇ ਆ ਵੀ ਉਹ ਮਾਰਨ ਵਾਲੇ ਵੀ ਆਪਣੇ ਅਤੇ ਮਰਨ ਵਾਲੇ ਵੀ ਆਪਣੇ ਆ ਬਹੁਤ ਦੁੱਖ ਲੱਗਾ ਵੀਰ ਦੀ ਇਸ ਮੌਤ ਦੀ ਖਬਰ ਦੇ ਨਾਲ ਅਤੇ ਹੱਥ ਹੀ ਬੰਨਦਾ ਭਰਾਵੋ ਹੱਥ ਜੋੜਦਾ ਆ ਕਿ ਹਜੇ ਵੀ ਜੋ ਵੀ ਕੁਝ ਹੈਗਾ ਆ ਕੋਈ ਸੋਚੋ ਵਿਚਾਰੋ ਕਿਉਂਕਿ ਸਾਨੂੰ ਮਾਰਨ ਵਾਸਤੇ ਬਾਹਰੋਂ ਕੋਈ ਨਹੀਂ ਆਉਂਦਾ ਹੈਗਾ ਬਸ ਸਿਰਫ ਦਿਮਾਗ ਅਤੇ ਹੱਥ ਹੀ ਕਿਸੇ ਹੋਰ ਦੇ ਚੱਲਦੇ ਆ ਬਾਕੀ ਦਾ ਸਾਰਾ ਕੁਝ ਭਰਾਵੋ ਇੱਥੇ ਆਪਣੇ ਵੱਲੋਂ ਹੀ ਕੀਤਾ ਜਾਂਦਾ ਆ ਬਹੁਤ ਦੁੱਖ ਲੱਗਣਾ ਮੇਰੀ ਗੱਲ ਦਾ ਬਹੁਤਿਆਂ ਭਰਾਵਾਂ ਨੂੰ ਪਰ ਤੁਹਾਨੂੰ ਵੀ ਪਤਾ ਆ ਕਿ ਇਹ ਦਰਦ ਆਖਰੀ ਦਰਦ ਨਹੀਂ ਹੈਗਾ ਗਾ ਇਸ ਤੋਂ ਬਾਅਦ ਹੋਰ ਪਤਾ ਨਹੀਂ ਕਿੰਨੀਆਂ ਕੁ ਤਕਲੀਫਾਂ ਕਿੰਨੀਆਂ ਕੁ ਮਾਵਾਂ ਨੇ ਵੈਣ ਪਾਉਣੇ ਆ ਕਿੰਨੀਆਂ ਮਾਵਾਂ ਨੇ ਵੈਣ ਪਾ ਪਾ ਕੇ ਆਪਣੇ ਗਲੇ ਸੁਕਾਲੇ ਨੱਖਾਂ 'ਚੋਂ ਹੰਝੂ ਸੁੱਕ ਗਏ ਭਰਾਵੋ ਸਾਡੇ ਤਾਂ 84-47 ਸਾਡੇ ਤਾਂ ਨਾਲ ਨਾਲ ਬਹੁਤ ਕੁਝ ਚੱਲਦਾ ਪਿਆ ਆ ਪਰ ਅੰਦਰੋਂ ਅੰਦਰੀ ਵੀ ਬਹੁਤ ਕੁਝ ਸਾਡੇ ਆ ਲੋਕਾਂ ਨੇ ਸਾਡੀਆਂ ਮਾਵਾਂ ਭੈਣਾਂ ਨੇ ਸਿਹਾ ਆ ਹੱਥ ਜੋੜਦਾ ਵੀਰੋ ਹੁਣੀ ਬਸ ਕਰ ਜਾਓ ਯਾਰ ਹੁਣੀ ਬਸ ਕਰ ਜਾਓ ਕਿਉਂਕਿ ਦੀਪ ਸਿੱਧੂ ਤੋਂ ਬਾਅਦ ਕਿੰਨਾ ਕੁਝ ਆਪਾਂ ਗਵਾਇਆ ਕਿੰਨਾ ਕੁਝ ਦੇਖਿਆ ਆ ਅਤੇ ਬਹੁਤ ਦੁੱਖਦਾਈ ਪਾਲਾ ਬਾਈ ਇਹ ਤਾਂ ਯਾਰ ਬਹੁਤ ਦੁੱਖਦਾਈ ਸੀ ਨਾ।